ਤੁਹਾਡਾ ਕੰਮ ਸਿਰਫ ਦੇਖਣਾ ਹੈ। ਹੈਲੋ ਇੱਧਰ, ਤੁਹਾਡਾ ਕੰਮ ਸਿਰਫ ਦੇਖਣਾ ਹੈ, ਤੁਹਾਡਾ ਕੰਮ ਸੋਚਣਾ ਨਹੀਂ ਆ ਹਾਏ ਕਿੱਥੋਂ ਹੋਊ, ਇਹ ਨਹੀਂ। ਨੋ ਨੋ, ਫਿਰ ਤੁਹਾਡਾ ਵਿਸ਼ਵਾਸ ਖਤਮ ਹੋ ਗਿਆ। ਤੁਸੀਂ ਸਿਰਫ, ਹੈਲੋ ਬੋਲੋ, ਦੇਖਣਾ ਹੈ, ਸੋਚਣਾ, ਸੋਚਣ ਦੇ ਥਾਂ ਕੀ ਕਰਨਾ, ਵਿਸ਼ਵਾਸ, ਸੋਚਣ ਦੇ ਥਾਂ ਵਿਸ਼ਵਾਸ ਕਰਨਾ ਤੇ ਸਿਰਫ ਦੇਖਣਾ ਹੈ, ਸੋਚਣਾ ਨਹੀਂ ਹੈ। ਬੜੇ ਧਿਆਨ ਦੇ ਨਾਲ ਇੱਕ ਇੱਕ ਦਰਵਾਜ਼ਾ ਮੈਂ ਖੋਲਾਂਗਾ, ਬੰਦ ਕਰਦਾ ਜਾਵਾਂਗਾ ਮੋਤੀਆਂ ਦੀ ਤਰ੍ਹਾਂ ਧਿਆਨ ਦੇ ਨਾਲ। ਬੜਾ ਹੀ ਖਾਸ ਵਚਨ ਹੈ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਬਦਲਣ ਵਾਲਾ ਹੈ, ਜਿਹੜਾ ਤੁਹਾਨੂੰ ਕਰਜ਼ਿਆਂ ਤੋਂ ਮੁਕਤ ਕਰਨ ਵਾਲਾ ਹੈ, ਜਿਹੜਾ ਤੁਹਾਨੂੰ ਲੜਾਈਆਂ ਝਗੜਿਆਂ ਤੋਂ ਆਜ਼ਾਦ ਕਰਨ ਵਾਲਾ ਹੈ। ਹਾਲੇਲੂਇਆ। ਤੁਹਾਡਾ ਕੰਮ ਸਿਰਫ ਕੀ ਹੈ? ਹੈਲੋ, ਦੇਖਣਾ, ਵੈਰੀ ਗੁੱਡ। ਸੋਚਣਾ ਕੰਮ ਕਿਹਦਾ? ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ। ਅਸੀਂ ਨੇਚਾ ਕਿਹਦੇ 'ਤੇ ਕਰਨੀ ਆ? ਯੇਸੂ ਮਸੀਹ ਦੇ ਉੱਤੇ। ਉਹ ਕਿੱਧਰ ਦੀ ਦੇਵੇਗਾ? ਅਸੀਂ ਨਹੀਂ ਧਿਆਨ ਕਰਨਾ, ਅਸੀਂ ਨਹੀਂ ਦੇਖਣਾ, ਅਸੀਂ ਲੈਣਾ ਹੈ। ਉਹ ਕਿੱਧਰ ਦੀ ਦਊਗਾ? ਤੁਹਾਡੀ ਨੌਕਰੀ ਰਾਹੀਂ ਵੀ ਦੇ ਸਕਦਾ ਉਹ, ਹਾਲੇਲੂਇਆ। ਤੁਹਾਡੇ ਪਰਿਵਾਰ ਰਾਹੀਂ ਦੇ ਸਕਦਾ, ਨੋਟ ਕਰੀ ਜਾਓ, ਤੁਹਾਡੇ ਦੋਸਤਾਂ ਰਾਹੀਂ ਦੇ ਸਕਦਾ, ਅਜਨਬੀ ਦੇ ਰਾਹੀਂ ਵੀ ਦੇ ਸਕਦਾ। ਜਿਹੜਾ ਤੁਹਾਨੂੰ ਜਾਣਦਾ ਨਹੀਂ ਉਹ ਵੀ ਆ ਕੇ ਕਹੂਗਾ ਆਹ ਤੇਰਾ ਗਿਫਟ ਹੈ, ਪ੍ਰਭੂ ਨੇ ਭੇਜਿਆ। ਹੋ ਸਕਦਾ ਜੇ ਵਿਸ਼ਵਾਸ ਕਰੀਏ ਤੇ ਸਭ ਕੁਝ ਹੋ ਸਕਦਾ। ਕੱਲਾ ਗਾਣਿਆਂ 'ਚ ਨਾ ਰਹਿ ਜਾਵੇ। ਹੁਣੇ ਐਤਵਾਰ ਤੋਂ ਬਾਅਦ ਮੈਂ ਇਸ ਵਚਨ ਦੀਆਂ ਗਵਾਹੀਆਂ ਤੁਹਾਡੇ ਜੀਵਨ ਦੇ ਵਿੱਚ ਸੁਣਨੀਆਂ ਚਾਹੁੰਦਾ, ਯਿਸੂ ਮਸੀਹ ਦੇ ਨਾਂ ਵਿੱਚ। ਹਾਲੇਲੂਇਆ। ਦੇਣ ਵਾਲਾ ਸਿਰਫ ਤੁਹਾਡਾ ਪਰਮੇਸ਼ੁਰ ਹੈ, ਚੇਤਾ ਰੱਖਣਾ। ਸੋਚਣਾ ਤੁਸੀਂ ਨਹੀਂ, ਨੇਚਾ ਯਿਸੂ ਮਸੀਹ ਦੇ ਕਰਨੀ ਹੈ। ਤੇ ਮੰਗਣਾ ਕੀ ਹੈ? ਸਭ ਤੋਂ ਵੱਡੀ ਚੀਜ਼ ਮੰਗਣੀ ਹੈ। ਹਾਲੇਲੂਇਆ। ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਮੰਗਿਓ ਵੀ ਪ੍ਰਭੂ ਮੈਨੂੰ ਆਹ ਦੇ ਰਹੇ, ਆਹ ਦੇ ਰਹੇ, ਆਹ ਦੇ ਰਹੇ, ਤੀਲਾਂ ਨਹੀਂ ਡੱਬੀ ਦੇ ਰਹੇ। ਨਿੱਕੀਆਂ ਚੀਜ਼ਾਂ ਨਹੀਂ, ਵੱਡੀਆਂ ਵੱਡੀਆਂ ਚੀਜ਼ਾਂ ਮੰਗੋ, ਵੱਡੀਆਂ ਵੱਡੀਆਂ। ਕਰਕੇ ਸਾਡਾ ਰੱਬ ਕੀ ਹੈ? ਰਾਜਿਆਂ ਦਾ, ਪ੍ਰਭੂਆਂ ਦਾ ਸਾਡਾ ਰੱਬ ਜੀਂਦਾ ਹੈ। ਹਾਲੇਲੂਇਆ। ਸਾਡੇ ਰੱਬ ਵਿੱਚ ਦੇਣ ਦੀ ਕੀ ਹੈ? ਸਮੱਸਿਆ ਸਾਡੀ ਹੈ, ਸਾਡੀ ਵਿਘਨ, ਅਸੀਂ ਹਾਂ ਉਹ ਮੁਸੀਬਤ ਖੋਦੇ ਹਾਂ ਅਸੀਂ, ਕਿਉਂਕਿ ਅਸੀਂ ਮੰਗਣ ਤੋਂ ਬਾਅਦ ਸੋਚਣ ਲੱਗ ਪੈਂਦੇ ਵੀ ਕਿੱਥੋਂ ਆਊ, ਮੰਗ ਤਾਂ ਲਿਆ। ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੰਗਣਾ ਸ਼ੁਰੂ ਕਰ ਦਿਓ ਤੇ ਸੋਚਣਾ। ਤੇ ਅੱਜ ਪ੍ਰੋਬਲਮ ਇਹ ਆ ਵੀ ਅਸੀਂ ਮੰਗਦੇ ਹੈ ਨਹੀਂ, ਸੋਚੀ ਜਾਂਦੇ ਹਾਂ ਵੀ ਆਊ ਕਿੱਥੋਂ, ਹੋਊ ਕਿੱਦਾਂ। ਪਰਮੇਸ਼ਰ ਤੁਹਾਨੂੰ ਦੇਣ ਦੀ ਤਾਕਤ ਰੱਖਦੇ ਆ, ਬਸ ਚੇਤਾ ਰੱਖੋ ਉਹ ਕਦੇ ਵੀ ਤੁਹਾਡੀ ਮਦਦ ਕਰਨ ਵਿੱਚ ਫੇਲ ਨਹੀਂ ਹੁੰਦਾ। ਅਸੀਂ ਆਪਣੀਆਂ ਕੋਸ਼ਿਸ਼ਾਂ ਵਿੱਚ ਫੇਲ ਹੋ ਸਕਦੇ ਹਾਂ, ਪਰ ਪਰਮੇਸ਼ਰ ਕਦੇ ਵੀ ਫੇਲ, ਯਾਦ ਰੱਖੋ। ਬਹੁਤ ਸਾਰੇ ਜਿਹਨਾਂ ਦੇ ਉੱਤੇ ਤੁਸੀਂ ਭਰੋਸਾ ਕਰਦੇ ਹਾਂ, ਤੁਹਾਡੇ ਭਰੋਸੇਯੋਗ ਲੋਕ ਤੁਹਾਡੀ ਸਹਾਇਤਾ ਦੇ ਵੇਲੇ ਐਨ ਮੌਕੇ ਤੇ ਆ ਕੇ ਮੁੱਕਰ ਸਕਦੇ ਆ, ਪਰ ਸਾਡਾ ਰੱਬ ਆਪਣੇ ਵਾਅਦਿਆਂ ਦਾ ਸੱਚਾ ਹੈ, ਉਹ ਕਦੇ ਵੀ ਮੁੱਕਰਦਾ। ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 0182 5 16 7 77।